ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਲਗਜ਼ਰੀ ਕਾਰ ਮਰਸੀਡੀ ਜਿਸ ਦੇ ਵਿੱਚ ਨਸ਼ੇ ਦੀ ਤਸਕਰੀ ਹੁੰਦੀ ਸੀ। ਦੱਸਦੇ ਕਿ ਇੱਕ ਨੌਜਵਾਨ ਦੀ ਜਦੋਂ ਤਲਾਸ਼ੀ ਲਈ ਗਈ ਤਾਂ 281 ਗ੍ਰਾਮ ਹੈਰਨ ਨੂੰ ਬਰਾਮਦ ਕੀਤਾ ਗਿਆ। ਜੰਡਿਆਲਾ ਗੁਰੂ ਦੀ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਮਰਸੀਡੀਜ਼ ਕਾਰ ਦੇ ਵਿੱਚ ਨਸ਼ੇ ਦੀ ਤਸਕਰੀ ਹੁੰਦੀ ਸੀ ਤਾਂ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਹੋਏ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। SHO ਜੰਡਿਆਲਾ ਗੁਰੂ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਮਿਹਰਵਾਨਪੁਰਾ ਤੋਂ ਕੱਚੀ ਸੜਕ ਤੋਂ ਹੁੰਦੇ ਹੋਏ ਜਲੰਧਰ ਅੰਮ੍ਰਿਤਸਰ ਹਾਈਵੇ ਰੋਡ ਵੱਲ ਆ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਨਵਾਂਕੋਟ ਤੋਂ ਕਰੀਬ 100 ਗਜ਼ ਪਿੱਛੇ ਸੀ ਤਾਂ ਉਸਨੇ ਦੇਖਿਆ ਕਿ ਇੱਕ ਖਾਲੀ ਜਗ੍ਹਾ 'ਤੇ ਲਗਜ਼ਰੀ ਕਾਰ ਖੜ੍ਹੀ ਹੈ ਜਿਸ ਦੀਆਂ ਲਾਈਟਾਂ ਜਗ ਰਹੀਆਂ ਸਨ ਅਤੇ ਉਸ ਕਾਰ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ। ਪੁਲਿਸ ਨੇ ਜਦੋਂ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ 281 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਗਿਆ ਤਾਂ ਨੌਜਵਾਨ ਮਰਸੀਡੀਜ਼ ਕਾਰ ਦੇ ਵਿੱਚ ਨਸ਼ੇ ਦਾ ਲੈਣ ਦੇਣ ਕਰਦਾ ਸੀ। ਲਿਹਾਜ਼ਾ ਹੁਣ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰਕਾਰ ਕਿਸ ਤੋਂ ਨਸ਼ਾ ਲੈ ਕੇ ਆਇਆ ਸੀ ਅਤੇ ਕਿੱਥੇ ਇਸਨੇ ਸਪਲਾਈ ਕਰਨਾ ਸੀ। ਡਰੱਗ ਦੇ ਖਿਲਾਫ ਪੰਜਾਬ ਸਰਕਾਰ ਅਤੇ ਸਾਡੀ ਪੁਲਿਸ ਵਿਭਾਗ ਨਾਲ ਮੁਹਿੰਮ ਮਿਲੀ ਹੈ। ਸਾਡੇ ਅਫਸਰਾਂ ਦੇ ਹੁਕਮ ਨਾਲ ਲਗਾਤਾਰ ਇਹਦੇ 'ਤੇ ਕਾਰਵਾਈ ਜਾਰੀ ਹੈ। ਇਸੇ ਕਾਰਵਾਈ ਦੇ ਤਹਿਤ ਇਸੇ ਲੜੀ 'ਚ ਕੱਲ੍ਹ ਮਨਜੀਤ ਸਿੰਘ ਗੱਗੂ ਪੁੱਤਰ ਲਖਵਿੰਦਰ ਸਿੰਘ ਅਮਰਕੋਟ ਜਿਹਦੀਆਂ ਸ਼ਿਕਾਇਤਾਂ ਪਹਿਲਾਂ ਪ੍ਰਾਪਤ ਹੁੰਦੀਆਂ ਸੀ ਉਹ ਰੰਗੇ ਹੱਥੀਂ ਫੜਿਆ ਗਿਆ। ਉਹਦੇ ਕੋਲੋਂ 281 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹ ਮਰਸੀਡੀਜ਼ ਕਾਰ ਦੇ ਵਿੱਚ ਹੈਰੋਇਨ ਦੀ ਸਪਲਾਈ ਕਰਦਾ ਸੀ। ਉਹਦੀ ਮਰਸੀਡੀਜ਼ ਕਾਰ ਵੀ ਕਬਜ਼ੇ 'ਚ ਲੈ ਲਈ ਹੈ। ਕਾਫੀ ਲਗਜ਼ਰੀ ਕਾਰ ਇਹਨੂੰ ਗਿਣਿਆ ਜਾਂਦਾ। ਉਸ ਤੋਂ ਇਲਾਵਾ ਫਿਰ ਅੱਗੇ ਚੱਲਦਿਆਂ ਇਹਨਾਂ ਦੀ ਬਿਲਕੁਲ ਬ੍ਰਾਂਡ ਨਿਊ ਐਕਟਿਵਾ ਅਤੇ ਮੋਟਰਸਾਈਕਲ ਬਰਾਮਦ ਕੀਤੇ ਨੇ ਜੀ। ਬਾਕੀ ਇਹਦੇ ਜਿਹੜਾ ਹੈਗਾ ਪ੍ਰੋਪਰਟੀ ਹੈ ਉਹਦਾ ਵੈਰੀਫਾਈ ਕੀਤਾ ਜਾਊਗਾ ਵੀ ਕਿੰਨਾ ਹੋਰ ਇਹ ਕਿੱਥੋਂ ਕੀ ਘਰ ਬਣਾਇਆ, ਕੀ ਵਹੀਕਲ ਨੇ ਇਹਨਾਂ ਦੇ। ਪ੍ਰੋਪਰਟੀ ਜਾਬਤੇ ਅਨੁਸਾਰ ਜਿਹੜੀ ਹੈਗੀ ਆ ਜੀ ਉਹ ਫਰੀਜ਼ ਕੀਤੀ ਜਾਊਗੀ। ਕਿਹੜੀ ਕਿਹੜੀ ਜਗ੍ਹਾ ਤੋਂ ਹੈ? ਇਹ ਗ੍ਰਿਫਤਾਰ ਅਮਰਕੋਟ ਪਿੰਡ ਅਤੇ ਦੂਸਰਾ ਇਹ ਇੱਕ ਹੈਗਾ ਜੀ ਜੁਗਰਾਜ ਸਿੰਘ ਸਾਜਨ ਪੁੱਤਰ ਤਰਸੇਮ ਸਿੰਘ ਸ਼ੇਗੂਪੁਰ ਮੁਹੱਲਾ ਜੰਡਿਆਲੇ ਦਾ, ਜਿਹੜਾ ਡਰੱਗ ਲੈਂਦਾ ਸੀਗਾ ਉਹਦੇ 'ਚੋਂ 50 ਲਾਈਟਰ ਡੱਬੀ ਅਤੇ ਸਿਲਵਰ ਰੋਲ ਬਰਾਮਦ ਹੋਇਆ ਵਾ। ਉਹਨੂੰ ਵੀ ਗ੍ਰਿਫਤਾਰ ਕੀਤਾ ਪੁਲਿਸ, ਸਾਡੀ ਪੁਲਿਸ ਪਾਰਟੀ ਨੇ, ਅਸੀਂ ਦੁਰਲੱਭ ਦਰਸ਼ਨ ਅਤੇ ASI ਰਾਜਵੀਰ ਨੇ। ਉਹਦਾ ਵੀ ਜਿਹੜਾ ਦੋਨੋਂ ਅਰੈਸਟ ਨੇ ਇਹਨਾਂ ਦਾ ਹੀ ਰਿਮਾਂਡ ਲਵਾਂਗੇ ਪਿੱਛੋਂ ਕਿੱਥੋਂ ਡਰੱਗ ਲੈਂਦੇ ਨੇ, ਕਿਹੜਾ ਕਿਹੜਾ ਇਹਨਾਂ ਦਾ ਨੈਕਸਸ ਹੈ, ਕਮਰਸ਼ੀਅਲ ਰਿਕਵਰੀ ਹੋਈ ਹੈ ਜੀ, ਅਤੇ ਇਹਨੂੰ ਬਿਲਕੁਲ ਇਹਨੂੰ ਤੋੜਿਆ ਜਾਏਗਾ ਨੈਕਸਸ ਨੂੰ। ਮਨਦੀਪ ਸਿੰਘ ਜਿਹੜਾ ਵਾ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਜੀ ਡਰੱਗ ਦਾ? ਇਹਦੀ ਪੁੱਛਗਿੱਛ ਕੀਤੀ ਆ, ਜਿਹੜਾ ਪਹਿਲਾਂ ਵੀ ਕਰਦਾ ਸੀਗਾ, ਪਹਿਲਾਂ ਡਰੱਗ ਦਾ ਐਡਿਕਟਡ ਹੋਇਆ ਸੀਗਾ, ਹੁਣ ਇਹ ਛੱਡ ਕੇ ਦੁਬਾਰਾ ਫਿਰ ਇਹਨੇ ਸ਼ੁਰੂ ਕੀਤਾ ਕੰਮ, ਕਾਫੀ ਦੇਰ ਤੋਂ ਚੱਲਦਾ। ਇਹਨੇ ਦੱਸਿਆ ਵੀ ਕਿੱਥੋਂ ਲੈਂਦਾ ਸੀ ਡਰੱਗ ਤੇ ਕਿੱਥੇ? ਇਹਨੇ ਦੱਸਿਆ ਜੀ ਉਹ ਥੋੜਾ ਸੀਕ੍ਰੇਟ ਇਸ਼ੂ ਆ, ਜਿਹੜੇ ਜਿਹੜੇ ਬੰਦਿਆਂ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਵਾ ਪੁੱਛਗਿੱਛ, ਉਹ ਸਾਰੇ ਨੋਮੀਨੇਟ ਕਰਾਂਗੇ, ਉਹਨਾਂ ਦੀਆਂ ਪ੍ਰਾਪਰਟੀਆਂ ਵੈਰੀਫਾਈ ਕਰਾਂਗੇ ਤੇ ਵੱਧ ਤੋਂ ਵੱਧ ਰਿਕਵਰੀ ਕਰਾਂਗੇ। ਮੁੱਢਲੀ ਤਫਤੀਸ਼ 'ਚ ਇਹੀ ਸਾਹਮਣੇ ਆਇਆ ਵੀ ਇਹ ਬੜੇ ਅਮੀਰ ਹੋਣ ਦੇ ਚਾਅ 'ਚ ਇਹ ਜਿਹੜੇ ਆ ਉੱਪਰਲੇ ਲੋਕਾਂ ਨਾਲ ਡਰੱਗਸ ਵੱਡੇ ਸਪਲਾਇਰਾਂ ਨਾਲ ਮਿਲੇ ਹੋਏ ਨੇ ਅਤੇ ਉਹਨਾਂ ਦੇ ਇਹ ਕੋਰੀਅਰ ਵਜੋਂ ਕੰਮ ਕਰਦੇ ਨੇ। ਇੱਡੀ ਵੱਡੀ ਰਿਕਵਰੀ 200-300 ਗ੍ਰਾਮ ਜਿਹੜੀ ਹੈ ਇਹ ਛੋਟੀ ਨਹੀਂ ਹੈ, ਇਹਦੇ ਵਿੱਚ ਅਸੀਂ ਬਹੁਤ ਬਰੀਕੀ ਨਾਲ ਜਿਵੇਂ ਇਹਨੂੰ ਜਾਂਚ ਕਰਕੇ ਤਾਂ ਅੱਗੇ ਲੈ ਕੇ ਜਾਵਾਂਗੇ। ਨਹੀਂ ਹਥਿਆਰ ਬਰਾਮਦ ਨਹੀਂ ਹੈ ਜੀ, ਫਿਲਹਾਲ ਰਿਮਾਂਡ ਲੈ ਰਹੇ ਹਾਂ। ਰਿਮਾਂਡ 'ਚ ਅਗਲੀ ਕੋਈ ਗੱਲ ਸਾਹਮਣੇ ਆਏਗੀ ਤਾਂ ਤੁਹਾਨੂੰ ਨਸ਼ਲ ਕਰ ਦਿੱਤੀ ਜਾਏਗੀ। ਕੋਈ ਡਰੱਗ ਮਨੀ ਇਹਨਾਂ ਕੋਲੋਂ ਬਰਾਮਦ ਹੋਈ ਹੋਵੇ? ਨਹੀਂ ਫਿਲਹਾਲ ਨਹੀਂ ਜੀ, ਅੱਜ ਇਨਵੈਸਟੀਗੇਸ਼ਨ 'ਚ ਅੱਗੇ ਜੋ ਆਏਗਾ ਉਹ ਦੇਖਾਂਗੇ, ਰਿਮਾਂਡ ਦੌਰਾਨ ਕੀ ਸਾਹਮਣੇ ਆਉਂਦਾ ਉਹ ਆਪਣੇ। ਕਾਫੀ ਵੱਡੀ ਪੱਧਰ ਆ ਜੀ, 300 ਗ੍ਰਾਮ ਆ ਜੀ, ਕਾਫੀ ਵੱਡੀ ਪੱਧਰ ਹੈ ਅਤੇ ਪੂਰੀ ਸਖਤੀ ਨਾਲ ਇਹਨਾਂ ਦੇ ਖਿਲਾਫ ਅਸੀਂ ਮੁਹਿੰਮ ਵਿੱਢੀ ਹੋਈ ਔਰ ਚੱਲੇਗੀ।